ਭਾਜੀ ਅਸੀਂ ਖੁੱਲ੍ਹ ਕੇ ਕਹਿੰਦੇ ਹਾਂ, ਦੁਨੀਆ ਦੇ ਹਰ ਮਜ਼ਹਬ 'ਚ ਤੁਹਾਨੂੰ ਕਿਤੇ ਨਾ ਕਿਤੇ ਮਲੰਗਣੀ ਲੱਭ ਜਾਊ। ਭਾਬੀਆਂ 'ਚ ਕੋਈ ਮਲੰਗਣੀ ਲੱਭੇ ਨਾ ਤਾਂ ਦੱਸਿਆ ਜੇ ਮੈਨੂੰ। ਅਸ਼ਹਾਦੂ ਅੱਲਾ ਇਲਾਹਾ ਇਲਾਹ, ਸਾਰੀ ਦੁਨੀਆ 'ਚ ਮਲੰਗ ਫਿਰਦੇ ਵੇਖੇ, ਨੰਗ ਧੜੰਗ ਫਿਰਦੇ ਵੇਖੇ। ਭਾਬੀ ਪਾਣੀ ਲਾਉਣ ਲੱਗਿਆ ਕਿਤੇ ਕੋਈ ਟੋਟਾ ਬੰਨ ਕੇ, ਕੋਈ ਮਾੜਾ ਮੋਟਾ ਕਿਤੇ ਕੋਈ ਨਜ਼ਰ ਆ ਜਾਏ ਤਾਂ ਵੱਖਰੀ ਗੱਲ ਹੈ, ਲੇਕਿਨ ਸੱਚੀ ਗੱਲ ਹੈ ਕਿਸੇ ਕਬਰ 'ਤੇ ਜਾ ਕੇ ਇੱਦਾਂ ਨਹੀਂ ਜੇ ਹੁੰਦਾ ਨੰਗ ਧੜੰਗ। ਅਤੇ ਅਲੀ ਪਾਕ ਦਾ ਨਾਂ ਲੈ ਕੇ ਉਹ ਕੰਮ ਨਹੀਂ ਕਰਦਾ ਜਿਹੜੇ ਲੁੱਚ ਲਫੰਗ ਕਰਨ। ਕਦਰ ਕਰਤਾ ਹੈ ਅਲੀ ਪਾਕ ਕੀ, ਨਾਮ ਲੈਤਾ ਹੈ ਪਾਕੀਜ਼ਾ, ਇੱਜ਼ਤ ਕਰਤਾ ਹੈ, ਹਯਾ ਕਰਤਾ ਹੈ। ਅਤੇ ਜਿਹੜੀ ਮੈਂ ਮਿਸਾਲ ਦੇਣ ਲੱਗਾ ਉਹ ਹੱਕ ਬਣਦਾ। ਅਸ਼ਹਦੂ ਅੱਲਾ ਇਲਾਹ ਇਲਾਹ ਵ ਅਸ਼ਹਦੂ, ਅਸ਼ਹਦੂ ਗਵਾਹੀ ਹੋਤੀ ਹੈ। ਭਾਅ ਜੀ ਪੂਰੀ ਦੁਨੀਆ ਮਿਲ ਕੇ ਗਵਾਹੀ ਦੇਵੇ ਇੱਕ ਗੱਲ ਤਾਂ ਦੱਸੇ ਕਿ ਪਾਕਿਸਤਾਨ ਦੇ ਵਿੱਚ ਜੀ ਆਉਂਦਾ। ਪਾਕਿਸਤਾਨ ਦੇ ਸਪੈਲਿੰਗ ਲਿਖੋ ਕਿਤੇ ਜੀ ਆਉਂਦਾ। ਸਾਰੀ ਦੁਨੀਆ ਨੂੰ ਗਵਾਹੀ ਦੇਣੀ ਪਊ ਕਿ ਪੀ ਤਾਂ ਆਉਂਦਾ, ਟੀ ਆਉਂਦਾ, ਮਗਰ ਜੀ ਨਹੀਂ। ਅਤੇ ਭਾਬੀਆਂ ਨੂੰ ਇਸ ਜ਼ਮੀਨ ਦੇ ਉੱਤੇ ਟੁਰ ਕੇ ਚੈੱਕ ਕਰਨਾ ਜੇ, ਮਸਲਕ ਦੀ ਹੱਕਾਨੀਅਤ ਵੇਖਣੀ ਜੇ, ਜਿਹਨੇ ਸਾਰੀ ਜ਼ਿੰਦਗੀ ਸਾਡੇ ਨਾਲ ਦੁਸ਼ਮਣੀ ਕੀਤੀ, ਰਸਤੇ ਵੱਡੇ, ਰੁਕਾਵਟਾਂ ਬਣਾਈਆਂ, ਪਰਚੇ ਕਟਵਾਏ, FIR ਦਰਜ ਕਰਵਾਈ, ਉਲਾਮਾ ਬੁਲਵਾਏ, ਗਾਲੀਆਂ ਦਿਲਵਾਈ, ਜੋ ਉਹਦੇ ਕੋਲ ਹੋਇਆ ਉਹਨੇ ਤਖਤੀ ਤੇ ਫੱਟੀ ਪੋਚੀ, ਵਿਆਹ ਕਰਾ ਬੈਠਾ ਤੇ ਘਰ 'ਚ ਕਿਤੇ ਨਾ ਲੜ ਬੈਠਾ। ਤੜਾਕ ਤੜਾਕ ਦੀ ਆਵਾਜ਼ ਆਈ, ਉਹਨੇ ਫੋਨ ਲਾਇਆ, ਭਰਾਵਾਂ ਨੇ ਸੁਣ ਲਿਆ, 125 ਗੱਜਦੇ ਆਏ, ਚਾਰ ਸਿਟੀਆਂ ਭੈਣ ਨੂੰ ਨਾਲ ਵਾਇਆ, ਬੱਚੇ ਸੁੱਟੇ ਸਾਂਭ ਇਹਨਾਂ ਨੂੰ, ਉੱਥੇ ਜਾ ਕੇ ਰੋਲਾ ਬਣ ਗਿਆ, ਉਹਨੂੰ ਬੱਚਿਆਂ ਦੀ ਯਾਦ ਸਤਾਵੇ, ਇਹਨੂੰ ਫੀਡਰ ਬਣਾਉਣਾ ਨਾ ਆਵੇ, ਉਹ ਦੁੱਧ ਮੰਗਣ, ਚੋਰੀ ਚੋਰੀ ਮਾਂ ਪਿਓ ਤੂੰ ਫੋਨ ਮਾਰਿਆ ਬੁੱਢੀ ਨੂੰ, ਅੱਗੇ ਭਰਾ ਨੇ ਚੁੱਕ ਲਿਆ, ਹਾਂ ਭੈਣ ਕਹੇ ਮੈਨੂੰ ਦੋ ਮੈਂ ਸੁਣਨਾ ਹੈ, ਚੁੱਪ ਕਰਕੇ ਬਹਿ ਜਾ ਜਿੱਥੇ ਸਾਡੇ ਖਾਂਦੇ ਤੂੰ ਵੀ ਖਾ ਲਈ, ਨਹੀਂ ਜਾਣਾ ਜਾਂ ਆਉਣਾ ਨਹੀਂ ਸੀ। ਭਾਗ ਦੌੜ ਕੇ ਮੌਲਵੀ ਕੋਲ ਗਿਆ, ਯਾਰ ਜਾ ਤੂੰ ਕੋਈ ਵਾਸਤਾ। ਕਹਿੰਦਾ ਕੀ ਕੀਤਾ ਜੀ? ਕਹਿੰਦਾ ਜੀ ਮੈਂ 3 ਵਾਰੀ ਤਲਾਕ ਤਲਾਕ। ਪਰ ਮੌਲਵੀ ਸਾਹਿਬ ਮੈਂ ਹੈਗਾ ਗੁੱਸੇ 'ਚ ਸਾਂ, ਕਿਆ ਔਰ ਪਿਆਰ ਨਾਲ ਥੋੜ੍ਹੀ ਦਿੱਤੀ ਜਾਂਦੀ ਹੈ, ਤਲਾਕ ਹੋ ਗਈ, ਹੋ ਗਈ ਤੇਰੀ ਨਹੀਂ ਸੁਲਾ ਨਹੀਂ ਹੋ ਸਕਦੀ, ਕਿਉਂ ਹਰਾਮ ਹੋ ਗਈ ਹੈ, ਤੂੰ ਨਹੀਂ ਹੱਥ ਲਾ ਸਕਦਾ, ਲਿਆ ਵੀ ਨਹੀਂ ਸਕਦਾ, ਮੋਟਰਸਾਈਕਲ 'ਤੇ ਨਾਲ ਵੀ ਨਹੀਂ ਬਾ ਸਕਦਾ, ਹੁਣ ਕੀ ਕਰਾਂ ਜੀ? ਪਹਿਲੇ ਹਲਾਲ ਕਰਵਾ। ਹਲਾਲ ਕਿੱਦਾਂ ਹੋਣੀ ਹੈ? ਹਲ ਹਲਾਲ ਉਬਈਏ ਨੂੰ ਵਲ ਹਰਾਮ ਉਬਈਏ ਨੂੰ, ਤੇਰੇ ਲਈ ਹਰਾਮ ਸਾਡੇ ਲਈ ਹਲਾਲ। ਮੈਂ ਭਾਬੀਆਂ ਨੂੰ ਪੁੱਛ ਲਾ ਨਹੀਂ, ਬਾਬਾ ਇਨਾ ਹੁਮਾ ਉਮੂਰ ਉਨ ਮੁਸ਼ਤਬਾਹਤ, ਉਹਨਾਂ 'ਤੇ ਸ਼ੱਕ ਵਾਲੀ ਗੱਲ ਹੀ ਉੱਧਰ ਨਾ ਜਾਈ, ਉਹਨਾਂ ਤੈਨੂੰ ਸ਼ੱਕ 'ਚ ਪਾ ਦੇਣਾ। ਦੁਸ਼ਮਨ ਮੇਰਾ ਔਰ ਦੁਨੀਆ ਮੈਂ ਦੁਸ਼ਮਨੀ ਕਾ ਉਸੂਲ ਹੈ, ਜਬ ਕੋਈ ਦੁਸ਼ਮਨ ਫਸਾ ਹੁਆ ਹੋ ਤੋ ਮੌਕੇ ਪੇ ਚੋਟ ਲਗਾਈ ਜਾਤੀ ਹੈ, ਬਦਲਾ ਲਿਆ ਜਾਤਾ ਹੈ, ਲੇਕਿਨ ਕਾਬਾ ਕੇ ਰੱਬ ਕੀ ਕਸਮ ਅਸ਼ਹਦੂ ਅੱਲਾ ਇਲਾਹ ਇਲਾਹ, ਬਦ ਅਮਲੀਆਂ ਆਪਣੀ ਜਗ੍ਹਾ, ਗੁਨਾਹ ਆਪਣੀ ਜਗ੍ਹਾ, ਊਂਚ ਨੀਚ ਆਪਣੀ ਜਗ੍ਹਾ, ਖਤਾਏ ਆਪਣੀ ਜਗ੍ਹਾ। ਮੈਨੇ ਆਗਾਜ਼ ਹੀ ਗੁਫ਼ਤਗੂ ਕਾ ਯਹਾਂ ਸੇ ਕੀਆ ਥਾ, ਇਨਸਾਨ ਹੋਨੇ ਕੇ ਨਾਤੇ ਹਰ ਕਮੀ ਕੁਤਾਹੀ ਐਕਸੈਪਟ ਹੈ, ਮਗਰ ਜਾ ਕਭੀ ਪੈਗੰਬਰ ਕੇ ਫੈਸਲੇ ਕੇ ਹੋਤੇ ਹੂਏ, ਤੂੰ ਆਪਣੋਂ ਸੇ ਜਿਨ ਕੋ ਦੀਨ ਕਾ ਠੇਕੇਦਾਰ ਔਰ ਇੱਜ਼ਤ ਕਾ ਮੁਹਾਫਿਜ਼, ਦੀਨ ਕਾ ਮੁਹਾਫਿਜ਼, ਕਬਰ ਔਰ ਆਪਣੀ ਆਖਰਤ ਕਾ ਔਰ ਮਸਲਕ ਕਾ ਮੁਹਾਫਿਜ਼ ਸਮਝਤਾ ਥਾ, ਅੱਜ ਜਦੋਂ ਤੇਰੇ ਘਰ ਮਸਲਾ ਬਣ ਗਿਆ ਤੇ ਛੁਰਾ ਫੜ ਕੇ ਬੈਠਾ ਹੈ ਕਿ ਨਹੀਂ? ਅੱਲਾ ਲਾਹੂ, ਬੁੱਢੇ ਬੁੱਢੇ ਬਾਬੇ ਵੀ ਉਸ ਵੇਲੇ ਦੰਦ ਤੇਜ਼ ਕਰਕੇ ਬੈਠੇ ਹੁੰਦੇ, ਹਲਾ ਲਾਹੂ ਤੇ ਗੁੱਸਾ ਨਾ ਕਰੀ, ਤੇ ਜੇ ਗੁੱਸਾ ਕਰੇਗਾ ਤਾਂ ਰਹਿਣਾ ਕੁਛ ਨਹੀਂ, ਆ ਪਤਾ ਕਰ ਮਸੀਤਾਂ ਮੇਰੀਆਂ ਵੇਖ ਲਾ ਕੋਈ ਘੱਟ ਸੋਹਣੀਆਂ ਨਹੀਂ, ਅੱਲਾ ਦਾ ਸ਼ੁਕਰ ਹੈ, ਅਤੇ ਆ ਤੈਨੂੰ ਵਿਖਾਵਾਂ ਤਹਿਖਾਨੇ ਕਿੰਨੇ ਨੇ, ਬੜੀ ਇਹ ਨਹੀਂ ਵੀ ਜਗ੍ਹਾ ਦੀ ਕਮੀ ਹੈ, ਗੈਲਰੀਆਂ ਵੀ ਸੋਹਣੀਆਂ ਸੋਹਣੀਆਂ ਅਤੇ ਹੁਜਰੇ ਵੀ ਸੋਹਣੇ ਸੋਹਣੇ ਅਤੇ ਮੌਲਵੀ ਵੀ ਸੋਹਣੇ ਸੋਹਣੇ ਅਤੇ ਯੰਗ ਨੌਜਵਾਨ, ਹਰ ਸ਼ੈ ਪੂਰੀ ਅੱਲਾ ਦਾ ਸ਼ੁਕਰ ਹੈ, ਜਜ਼ਬਾਤ ਵੀ, ਖਿਆਲਾਤ ਵੀ, ਤਸੱਵੁਰਾਤ ਵੀ, ਦਿਲ ਵੀ ਰੱਖਦੇ ਹੈ, ਧੜਕਨ ਵੀ ਰੱਖਦੇ ਹੈ, ਖੂਨ ਵੀ ਰੱਖਦੇ ਹੈ, ਰਵਾਨੀ ਵੀ ਰੱਖਦੇ ਹੈ, ਜਵਾਨੀ ਵੀ ਰੱਖਦੇ ਹੈ, ਮਸਤਾਨੀ ਵੀ ਰੱਖਦੇ ਹੈ, ਜ਼ੁਬਾਨ ਵੀ ਰੱਖਦੇ ਹੈ, ਆਂਖ ਵੀ ਰੱਖਦੇ ਹੈ, ਕੰਨ ਵੀ ਰੱਖਦੇ ਹੈ, ਦੁਸ਼ਮਨੋਂ ਕੋ ਵੀ ਸਮਝਤੇ ਹੈ, ਦੋਸਤੋਂ ਕੋ ਵੀ ਸਮਝਤੇ ਹੈ, ਪਤਾ ਫਸਿਆ ਹੈ ਤਾਂ ਮਾਰਕੀਟ 'ਚ ਕੀ ਰੇਟ ਲੱਗਾ ਹੈ,
मार्केट वाले कहिंदे नहीं जा बाजार फेरिया ते जे इदां दा तैनूं सौदा किते होर ते लब्भे ते लै आवीं ना लब्भे ते मोड़ आवीं। सारा बाजार चक्कर कराची तू लैके कश्मोर तलक, कश्मोर तू लैके कश्मीर तलक, बहावलपुर तू बजोड़ तलक, धक्के खा खा के फैसलाबाद तू लाहौर तक, मुड़ के वापस जदू आया ते आण के किसे ने दस्या भी जा किसे वहाबी मसीते टुर जा, जा तेनू पैदा करन वाले रब की कसम ही पूरी दुनिया च किसे वहाबी मस्जिद च गया होवे उत्थे खतीब बाबा होवे या नौजवान होवे माशाला जिहड़ी मर्जी उम्र होवे तू उन्हूं अपना फड्डा दस्या होवे दुश्मनी दा उन्हूं पता होवे ते उन्हें एक दफा भी तेरी बीवी दे मुआमले च गल सुन के किते जिब अपने होठां ते फेरी होवे ते नाल आख्या होवे भी उही है जो लोकी कहिंदे ने इन्हें तेनू अगर क्या होएगा तो यही कि मुआमला 90 दिन के अंदर अंदर तो सुलह कर ले बीवी तेरी 90 दिन की उम्र जा चुका है जा निकाह कर नए गवाह लगा नया हक मार लगा तू तेरी बीवी ये अपना आप पेश नहीं सी कर सकता पता है इन्हें कैदी लाज रखी अशहदू गवाही दिती है पूरी दुनिया च एक वहाबी ऐसा वखा दे जिन्हें तेनू क्या होवे कि हलाला होएगा उन्हें पता लान अल्लाहुल मुहल्लल वल मुहल्लल लहू लानत उस बंदे ते जिहड़ा हलाला करवावे ते जिहड़ा करे क्या सानू ए टेस्ट दा पता नहीं सी सानू समझ नहीं सी हम मार्केट में ये दुकान नहीं खोल सकते थे तेरी मूंजी वेखदी सी साडी नहीं सी विकणी तेरा झोना उगया सी साडा नहीं सी उगणा लेकिन हमने उगाया भी नहीं लगाया भी नहीं बुलाया भी नहीं क्यों मुस्तफ़ा को भाया नहीं हमने पसंद ही नहीं किया हम बावफा थे इसलिए नजरों से गिर गए तुझको तलाश शायद किसी बेवफा की है यार मुश्किल लम्हों च तेरी लड़ाइयों च भी असी तेरे घर दे विच आउण दी कोशिश नहीं की सुलह की कोशिश की है तेनू समझाया है किताबो सुन्नत के मुताबिक मसला दसिया ये यार चीज़ा नहीं जे पूरियां होणगियां तो तेरे मसलक की हकानीयत तो जे पूरियां ना होण जगह जगह पर कौल कुछ होर तो तोल कुछ होर कौ किलो तो वट्टा सेर दा रख्या होवे तो वह भी अध चू खाली तो फिर भाजी वेखण वाले तो वेखते हैं समझ रखते हैं अल्लाह का शुक्र है दलील दे नाल चले हाँ वकील बन के अपनी जिंदगी गुजारी है अल्लाह इसे तो जिंदा रखे इसे तो मौत दवे यही साड़ी गवाही है ये तू वध के अगर कोई होर लभना चाहना है तो अल्लाह का शुक्र है पूरी किताबो सुन्नत पई है कितने उंगली रख कि तू चुक इंशाला जो जो ये कहणगे उहदे मुताबक तोलण की कोशिश करी दी अपने कल्लू बोली दा नहीं अगर कितने गलती हो जाए तो कही दा भी साड़ी गलती है रिवायत ज़हीफ बयान हो जाए तो दसी दा भाई अगर ज़हीफ है असी इनू वापस ले लेंगे अपनी गल नू और लोगों सुन लो ये मेरे मसलक की हकानियत है अगर कोई बात बयान हो गई हो मेरी जिंदगी में तकरीरों में स्टेज पे रिवायत ज़हीफ हो मौजू हो मनगढ़ हो या झूठी हो या कोई कहानी हो मैंने कही और वो मुस्तफ़ा का फरमान ना हो जिंदगी में पता चले तो तब भी मेरा रजू है मर जाऊँ तो कब्र पर ले आना तब भी मेरा रुजू है भले मैं उस वक्त ना भी बोल सकता हूँ मेरा रुजू समझना कोई इदा की जरूरत करके तो विखावे दूजे तो कहें ने बस कह दी है जो कहती है बुजुर्गों ने हूँ भावें सोने की गल है तो भावें कुरान है तो भावें हदीस है भाजी ठीक है अपनी जगह हो लेकिन साढ़े पीर का कौल है तो पीर की गल है असी कहने सारे पीर कुरबान कर देव सोने की जुत्ती लेकिन सोने की गल न पिछे नहीं करना यही मसलक रखते हैं यही दावत देते हैं।